ਸ਼ਹਿਰ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵੱਡੀ ਵਾਰਦਾਤ ਹੋਈ ਹੈ, ਜਿੱਥੇ ਦਿਨ ਦਿਹਾੜੇ ਬਾਈਕ ਤੇ ਆਏ 6 ਬਦਮਾਸ਼ਾਂ ਨੇ ਇੱਕ ਕਾਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਦੇ ਵਿੱਚ ਕਾਰ ਸਵਾਰ ਚਚੇਰੇ ਭਰਾ ਤੇ ਭੈਣ ਸਮੇਤ 3 ਦੀ ਮੌਤ ਹੋ ਗਈ ਹੈ। ਉੱਥੇ ਹੀ 2 ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ, ਜੋ ਕਿ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਮ੍ਰਿਤਕਾਂ ਦੀ ਪਹਿਚਾਣ ਜਸਪ੍ਰੀਤ ਕੌਰ, ਦਿਲਦੀਪ ਸਿੰਘ ਅਤੇ ਆਕਾਸ਼ਦੀਪ ਵਾਸੀ ਕੰਬੋਜ ਨਗਰ ਵਜੋਂ ਹੋਈ ਹੈ। ਮ੍ਰਿਤਕ ਦਿਲਦੀਪ ਸਿੰਘ ਤੇ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਨੇ, ਜਦਕਿ ਮ੍ਰਿਤਕਾ ਜਸਪ੍ਰੀਤ ਕੌਰ ਦਾ 1 ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ। ਉਸ ਦੇ ਪਿਤਾ ਦੀ 5 ਮਹੀਨੇ ਪਹਿਲਾਂ ਮੌਤ ਹੋਈ ਸੀ। ਅਜਿਹੇ ਵਿੱਚ ਉਸ ਦੇ ਵਿਆਹ ਦੀ ਜ਼ਿੰਮੇਵਾਰੀ ਉਸ ਦੇ ਚਚੇਰੇ ਭਰਾ ਦਿਲਦੀਪ ਸਿੰਘ ਔਰ ਫਲਾਲੀ ਨੇ ਲਈ ਸੀ। ਮੰਗਲਵਾਰ ਨੂੰ ਦਿਲਦੀਪ ਸਿੰਘ, ਜਸਪ੍ਰੀਤ ਕੌਰ, ਚਚੇਰੇ ਭਰਾ ਤੇ ਦੋਸਤ ਦੇ ਨਾਲ ਕਾਰ ਵਿੱਚ ਕੱਪੜੇ ਖਰੀਦਣ ਜਾ ਰਹੇ ਸਨ। ਇਸ ਸੰਬੰਧੀ ਸੂਚਨਾ ਮਿਲਦਿਆਂ ਹੀ ਹਮਲਾਵਰਾਂ ਨੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਉਹਨਾਂ ਨੂੰ ਘੇਰ ਲਿਆ। ਬਦਮਾਸ਼ਾਂ ਨੇ ਕਾਰ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਜਸਪ੍ਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦਿਲਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ਦੀ ਹਸਪਤਾਲ ਵਿੱਚ ਮੌਤ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਡੌਗ ਸਕਵਾਡ ਅਤੇ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 50 ਖਾਲੀ ਖੋਲ ਬਰਾਮਦ ਕੀਤੇ ਨੇ। ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਦੇ ਲਈ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਮੈਂ ਕੁਛ ਨਹੀਂ ਕਹਿ ਸਕਦਾ ਜੀ, ਜਿੰਨਾ ਚਿਰ ਮੇਰੇ ਕੋਲ ਆਣਾ। ਇਹ ਤੁਹਾਡੇ ਬੱਚੇ ਸੀਗੇ ਜੀ? ਹਾਂ ਜੀ, ਮੇਰੇ ਬੱਚੇ। ਕੀ ਨਾਮ ਹੈ ਬੱਚਿਆਂ ਦਾ? ਜਲਦੀ। ਅੱਛਾ, ਕੁੜੀ ਦਾ ਨਾਮ ਕੀ ਸੀਗਾ? ਜਸਪ੍ਰੀਤ। ਤੇ ਅਨਮੋਲਪ੍ਰੀਤ। ਤੇ ਇੱਕ ਮੁੰਡਾ ਨਾਲ ਆਕਾਸ਼ ਸੀਗਾ, ਆਕਾਸ਼ ਸੀਗਾ, ਇੱਕ ਜੰਟੀ ਸੀਗਾ। ਇਹ ਕਿੱਥੇ ਜਾ ਰਹੇ ਸੀਗੇ? ਇਹ ਕਿਤੇ ਕੰਮ ਹੀ ਚੱਲੇ ਸੀਗੇ। ਤੇ ਇਹ ਘਰੋਂ ਹੀ ਜਾ ਰਹੇ ਸੀ? ਘਰੋਂ ਹੀ ਜਾ ਰਹੇ ਸੀ। ਤੇ ਫਿਰ ਹਮਲਾਵਰ ਪਿੱਛੋਂ ਆਏ ਆ? ਪਤਾ ਨਹੀਂ, ਇੱਧਰ ਅੱਗੋ ਹੀ ਨਿਕਲੇ, ਅੱਗੋ ਹੀ ਉੱਡਗਾ, ਅੱਗੋ ਹੀ ਆਏ ਨਾਲ, ਅੱਗੋ ਹੀ ਆਏ ਉੱਧਰ। ਅੱਛਾ, ਹੈਗੇ ਨਹੀਂ ਸੀ ਇੱਥੇ? ਅੱਛਾ, ਤੇ ਨਾਲ ਇੱਥੇ ਹੈਗਾ ਨਹੀਂ? ਤੇ ਗੱਡੀ ਦੇ ਉਹਨਾਂ ਨੇ ਫਾਇਰ ਕੀਤੇ ਜੀ? ਮੈਨੂੰ ਇੰਨਾ ਹੀ ਪਤਾ ਨਹੀਂ, ਮੈਂ ਦੇਖਿਆ ਤੇ ਜੇ ਫਾਇਰ ਤਾਂ ਹੋਏ, ਦੇਖਦੇ ਪਏ ਤੁਹਾਨੂੰ ਕਾਰ ਤੇ, ਤੁਸੀਂ ਵੇਖ ਹੀ ਆਏ, ਪਤਾ ਲੱਗੇਗਾ ਜਦ ਸਾਰਾ ਕੁਛ ਨਹੀਂ ਪਤਾ ਚੱਲੇ। ਕੀ ਨਾਮ ਹੈ ਜੀ ਤੁਹਾਡਾ? ਪਰਮਜੀਤ ਸਿੰਘ। ਬਾਗਲੀ ਬਸਤੀ ਅਲੀ ਗਰੋਵ ਕਰਨਾ। ਅਤੇ ਆਕਾਸ਼ਦੀਪ ਬੇਟਾ ਮੇਰਾ, ਉਹਦੀ ਡੈਥ ਹੋ ਚੁੱਕੀ ਆ। ਅਤੇ ਹਰਪ੍ਰੀਤ ਸਿੰਘ ਆ, ਉਹਦੇ ਵੀ ਗੋਲੀਆਂ ਵੱਜੀਆਂ ਹੋਈਆਂ। ਅਤੇ ਅਨਮੋਲ ਅਤੇ ਨਾਲ ਜਿਹੜਾ ਲੱਲੀ ਆ, ਲੱਲੀ ਦੀ ਵੀ ਡੈਥ ਹੋ ਗਈ। ਉਹਨਾਂ ਦੀ ਛੋਟੀ ਸਿਸਟਰ ਜੱਸੀ, ਉਹਦਾ ਨਾਮ ਸੀਗਾ, ਉਹਦੀ ਮੈਰਿਜ ਰੱਖੀ 27 ਅਕਤੂਬਰ ਦੀ, ਉਹਦੀ ਵੀ ਡੈਥ ਹੋ ਗਈ। ਉਹਦਾ ਵਿਆਹ ਕਹਿਣ ਚੱਲੇ ਸੀਗੇ। ਕੀ ਮਾਮਲਾ ਕੀ ਸੀ ਭਾਜੀ? ਨਹੀਂ, ਉਹਦੇ ਬਾਰੇ ਨਹੀਂ ਸਾਨੂੰ ਕੋਈ ਪਤਾ ਨਹੀਂ। ਕਿੰਨੇ ਲੋਕ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਈ? ਅਸੀਂ ਮੌਕੇ 'ਤੇ ਨਹੀਂ ਦੇਖਿਆ ਹੈ। ਟੋਟਲ ਕਿੰਨੇ ਜਣੇ ਦੀ ਡੈਥ ਹੋਈ ਹੈ? 3 ਜਣੇ। 2 ਜਣੇ ਘਾਇਲ ਨੇ? ਹਾਂਜੀ। ਇਹ ਇੱਕੋ ਪਰਿਵਾਰ ਦੇ ਬੰਦੇ ਨੇ ਜੀ? ਦੋਨੋਂ ਹੀ ਦੋ ਪਰਿਵਾਰਾਂ ਦੇ ਨੇ। ਇੱਕ ਚਾਚੇ ਦਾ ਆ ਰਿਹਾ ਅਤੇ ਮੇਰੇ ਸਕੇ ਬੇਟੇ ਆ ਦੋਨੋਂ, ਪਾਸ਼ ਦੀ ਜਿਹੜੀ ਕੁੜੀ ਦੀ ਡੈਥ ਹੋਈ, ਉਹਦਾ ਵਿਆਹ ਸੀਗਾ ਜੀ? ਉਹਦਾ ਵਿਆਹ ਸੀਗਾ। ਅਤੇ ਤੁਹਾਡਾ ਬੇਟਾ ਸੀਗਾ ਜੀ ਆਕਾਸ਼? ਹਾਂਜੀ, ਆਹ ਗੁੜੀਆ ਉਹਦੀ, ਆਕਾਸ਼ ਦੀ। ਤੁਹਾਡਾ ਕੀ ਨਾਮ ਹੈ ਸਰ? ਮੇਰਾ ਨਾਮ ਰਮੇਸ਼ ਸਿੰਘ ਹੈ ਜੀ। ਆਕਾਸ਼ ਦੀ ਕਿੰਨੀ ਏਜ ਹੈਗੀ ਹੈ? 23 ਸਾਲ ਦੀ। ਸਭੀਆਂ ਚੱਲੀਆਂ ਨੇ, ਇਹਦੇ 'ਚ ਕੀ ਆਇਆ ਵਾ ਸਾਨੂੰ ਦੇਖੋ ਜੀ। ਕਰੋਸ ਕਰਦੇ ਸੀ ਜਾ ਕੇ, ਹੁਣ ਤੱਕ ਜਿਹੜਾ ਪਤਾ ਲੱਗਿਆ ਵੀ ਇਹ 3 ਬੰਦੇ ਟ੍ਰਿਪਲ ਮਰਡਰ ਹੈ। ਅਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਪੜਤਾਲ ਕਰ ਰਹੇ ਹਾਂ। ਇਹ ਮਰਨ ਵਾਲੇ ਜਿਹੜੇ ਹੈਗੇ, ਇੱਕ ਤਾਂ ਆਕਾਸ਼ਦੀਪ ਹੈ, ਇੱਕ ਦਿਲਪ੍ਰੀਤ ਹੈ, ਇੱਕ ਲੜਕੀ ਹੈ ਜਸਪ੍ਰੀਤ ਕੌਰ। ਜਿਹੜਾ ਦਿਲਪ੍ਰੀਤ ਅਤੇ ਜਸਪ੍ਰੀਤ ਦੋਨੋਂ ਭੈਣ ਭਰਾ ਆ, ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ। ਜਿਹੜਾ ਇਹ ਦਿਲਪ੍ਰੀਤ ਹੈ, ਇਹਦੀ ਵੀ ਕੁਝ ਕ੍ਰਿਮੀਨਲ ਹਿਸਟਰੀ ਹੈ ਪੁਰਾਣੀ, ਇਹਦੇ 'ਤੇ 302 ਦੇ 2 ਮੁਕੱਦਮੇ ਪਹਿਲਾਂ ਦੱਸਿਆ। ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣ ਦਾ ਹੀ ਮਾਮਲਾ ਲੱਗ ਰਿਹਾ, ਬਾਕੀ ਡਿਟੇਲ ਤੁਹਾਨੂੰ ਬਾਅਦ। ਸਰ, ਇਹ ਗੈਂਗਵਾਰ ਦੀ ਹੋ ਸਕਦਾ? ਨੋਟ ਗੈਂਗਵਾਰ, ਇੱਕ ਪਰਸਨਲ ਦੁਸ਼ਮਣੀ ਹੈ। ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਹੈ ਦਿਲਪ੍ਰੀਤ 'ਤੇ, ਉਹ ਅਸੀਂ ਵੈਰੀਫਾਈ ਕਰ ਲਏ, ਫਿਰ ਤੁਹਾਨੂੰ ਡਿਟੇਲ। ਸਰ, ਇਹ ਪੁਰਾਣੀ ਰੰਜਿਸ਼ ਹੀ ਲੱਗ ਰਹੀ ਹੈ? ਹਾਂ ਬਿਲਕੁਲ, ਪੁਰਾਣੀ ਰੰਜਿਸ਼ ਹੀ ਹੈ। ਇਹ ਟੋਟਲ ਸਰ 5 ਜਣੇ ਹੈਗੇ ਸੀਗੇ ਜਿਨ੍ਹਾਂ ਦੇ ਉੱਤੇ ਫਾਇਰਿੰਗ? 5 ਸੀ, 2 ਇੰਜਰਡ ਹੈ, ਅਤੇ 2 ਜਿਹੜੀਆਂ ਡੈਡ ਬਾਡੀਜ਼ ਉਹ ਬਾਗੀ ਹੋਸਪਿਟਲ 'ਚ, 1 ਸਿਵਲ ਹੋਸਪਿਟਲ 'ਚ। ਰੁਪਿਆਂ ਦੀ ਭਾਲ ਸਰ?
ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ, ਉਹਦੇ ਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਲਏ ਹੈ ਤੇ ਬਾਕੀ ਤੁਹਾਨੂੰ ਡਿਟੇਲ। ਸਰ ਮੋਟਰਸਾਈਕਲ ਤੇ ਆਏ ਸੀਗੇ ਜਾਂ? ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਤਲਬ। ਕਿੰਨੇ ਕੁ ਸਰ ਗੋਲੀਆਂ ਚੱਲੀਆਂ? ਹਮਲਾ ਉਹ 6 ਬੰਦੇ ਦੱਸ ਰਹੇ ਹਾਂ ਸਰ, ਬਾਕੀ ਵੈਰੀਫਾਈ ਕਰੋ। ਸਰ ਇਹ ਰਹਿਣ ਵਾਲੇ ਫਿਰੋਜ਼ਪੁਰ ਦੇ ਹੀ ਹੈ? ਹਾਂ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ। ਸਰ ਗੋਲੀਆਂ ਕਿੰਨੇ ਕੁ ਚੱਲੀਆਂ? ਇਹ ਦੇਖਦੇ ਹਾਂ ਹਾਲ ਤੱਕ, ਹੁਣ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦੇਣੀ। ਠੀਕ।